ਗੱਲ ਆਸਟ੍ਰੇਲੀਆ ਦੇ ਫੈਬਿੰਟੇਕ ਦੀ ਕਰਾਂਗੇ ਸਟੂਡੈਂਟਸ ਤਿਆਰੀ ਵਿੱਚ ਨੇ ਕਿ ਸਾਨੂੰ ਚੰਗੀ ਆਪਸ਼ਨ ਮਿਲੇ ਤੇ ਅਸੀਂ ਅੱਗੇ ਵਧੀਏ ਤੇ ਆਪਣਾ ਸਟੱਡੀ ਵੀਜ਼ਾ ਜੋ ਹੈ ਹਾਸਲ ਕਰ ਸਕੀਏ ਗੱਲ ਅਜ ਆਪਾਂ ਇਸੇ ਲਈ ਕਰਨ ਜਾ ਰਹੇ ਹਾਂ ਇਸੇ ਦੇ ਉੱਪਰ ਕਿ ਸਟੂਡੈਂਟਸ ਨੂੰ ਕਿਹੜੀ ਗੱਲਾਂ ਤੇ ਫੋਕਸ ਖਾਸ ਕਰਕੇ ਕਰਨਾ ਚਾਹੀਦਾ ਹੈ ਜਦ ਫੈਬਿੰਟੇਕ ਚ ਅਪਲਾਈ ਕਰਨ ਬਾਰੇ ਸੋਚ ਰਿਹਾ ਸਟੂਡੈਂਟ ਤਾਂ ਨਾਲ ਦੇ ਨਾਲ ਜੀਟੀ ਤੁਹਾਡੀ ਟਾਈਮਲੀ ਕਲੀਅਰ ਹੋਵੇ ਕਿਉਂਕਿ ਬਹੁਤ ਸਾਰੇ ਪਿਛਲੇ ਇਨਟੇਕਸ ਵਿੱਚ ਅਸੀਂ ਦੇਖਿਆ ਜੀਟੀ ਡਿਲੇ ਕਾਫੀ ਸਟੂਡੈਂਟਸ ਨੂੰ ਫੇਸ ਕਰਨੇ ਪਈ ਹੈ ਸੋ ਤੁਹਾਡੀ ਪ੍ਰੋਫਾਈਲ ਤੇ ਤੁਸੀਂ ਕਿਵੇਂ ਕੰਮ ਕਰਨਾ ਹੈ ਸਟਾਰਟਿੰਗ ਵਿੱਚ ਧਿਆਨ ਰੱਖੋਗੇ ਤਾਂ ਸਾਰਾ ਪ੍ਰੋਸੈਸ ਹੀ ਤੁਹਾਡਾ ਸਮੂਥਲੀ ਲੰਗੇਗਾ ਔਰ ਟਾਈਮਲੀ ਤੁਸੀਂ ਜੋ ਹੈ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕੋਗੇ ਸੋ ਸਾਰੇ ਸਟੂਡੈਂਟਸ ਅੱਜ ਦੀ ਵੀਡੀਓ ਧਿਆਨ ਨਾਲ ਜ਼ਰੂਰ ਵੇਖਣਾ ਤੇ ਸੁਣਨ ਤਾਂ ਕਿ ਤੁਸੀਂ ਫਰਬ ਇਨਟੇਕ ਬੜਾ ਸਮੂਥਲੀ ਪ੍ਰੋਸੈਸ ਕੰਪਲੀਟ ਕਰੋ ਤੇ ਆਪਣਾ ਵੀਜ਼ਾ ਹਾਸਲ ਕਰੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਇਹ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਨੇ ਕ੍ਰੀਏਟਿਵ ਫਿਚਰ ਕਨਸੂਲੈਂਸਾ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਕੌਰ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤ ਸੁਗਰਪ੍ਰੀਤ ਜੀ ਸਭ ਤੋਂ ਪਹਿਲਾਂ ਤੇ ਇਹ ਦੱਸੋ ਫੈਬਨ ਟੇਕ ਦੀ ਜਦੋਂ ਆਪਾਂ ਗੱਲ ਕਰਦੇ ਆ ਇੱਕ ਵੱਡਾ ਇਨਟੇਕ ਆਸਟ੍ਰੇਲੀਆ ਦਾ ਮੰਨਿਆ ਜਾਂਦਾ ਹੈ ਕਿੰਨੀਆਂ ਕੋ ਖੁੱਲੀਆਂ ਆਪਸ਼ਨ ਅੱਜ ਦੇ ਸਮੇਂ ਵਿੱਚ ਅਵੇਲੇਬਲ ਨੇ ਤਾਂ ਕਿ ਸਟੂਡੈਂਟਸ ਡਿਲੇ ਨਾ ਕਰਦੇ ਹੋਏ ਟਾਈਮਲੀ ਉਹਨਾਂ ਚੰਗੀਆਂ ਆਪਸ਼ਨਸ ਦਾ ਫਾਇਦਾ ਲੈ ਸਕਣ ਹਰਜੋਤ ਜੀ ਸਾਡੇ ਕੋਲ ਨਿਊ ਕਾਸਟਲ ਯੂਨੀਵਰਸਿਟੀ ਯੂਨੀਵਰਸਿਟੀ ਜਿਹੜੀ ਹੈਗੀ ਆ ਮੈਲਬਨ ਯੂਨੀਵਰਸਿਟੀ ਹੈਗੀ ਆ ਵਿਕਟੋਰੀਆ ਯੂਨੀਵਰਸਿਟੀ ਹੈਗੀ ਆ ਟਰੈਡ ਕਾਲਜ ਹੈਗਾ ਟ੍ਰੈ ਨਾਈਟਰ ਇੰਸਟੀਚੂਟ ਹੈਗਾ ਟ੍ਰੈਡ ਇੰਸਟੀਚੂਟ ਹੈਗਾ ਸਾਡੇ ਕੋਲ ਇਹ ਸਾਰੇ ਓਪਨ ਹੋ ਚੁੱਕੇ ਨੇ ਫੈਬ ਇਨਟੇਕ ਦੇ ਲਈ ਫੈਬ ਇਨਟੇਕ ਸਾਡੇ ਲਈ ਬਹੁਤ ਅੱਛੇ ਰਿਜ਼ਲਟਸ ਜਿਹੜੇ ਆ ਸਾਨੂੰ ਦੇਖਣ ਨੂੰ ਜਿਹੜਾ ਹੈ ਕਿ ਵੇਖਾਂਗੇ ਅਸੀਂ ਮਿਲਣਗੇ 2023 ਵਾਲਾ ਸਟੂਡੈਂਟ ਸਾਡਾ ਫੈਬ ਇਨਟੇਕ ਦੇ ਵਿੱਚ ਅਪਲਾਈ ਕਰੇਗਾ ਬਟ 2022 ਜਾਂ 21 ਵਾਲਾ ਸਟੂਡੈਂਟ ਸਾਡਾ ਗੈਪ ਹੈ ਜੇ ਤਾਂ ਗੈਪ ਜਸਟੀਫਿਕੇਸ਼ਨ ਆ ਫਿਰ ਤਾਂ ਆਪਾਂ ਫੈਬਨਟਿਕ ਦੇ ਵਿੱਚ ਅਪਲਾਈ ਕਰ ਸਕਦੇ ਆ ਜੇ ਗੈਪ ਜਸਟੀਫਿਕੇਸ਼ਨ ਨਹੀਂ ਆ ਤਾਂ ਆਪਾਂ ਅਪਲਾਈ ਕਰਾਂਗੇ ਕਲਚਰ ਪ੍ਰੋਗਰਾਮ ਦੇ ਵਿੱਚ ਕਲਚਰ ਪ੍ਰੋਗਰਾਮ ਨੂੰ ਅਸੀਂ ਬੜੇ ਹੀ ਅچھے ਤਰੀਕੇ ਨਾਲ ਐਕਸਪਲੇਨ ਕਾਫੀ ਟਾਈਮ ਵਰੀ ਕਰ ਚੁੱਕੇ ਹਾਂ ਕਿ ਕਲਚਰ ਪ੍ਰੋਗਰਾਮ ਕੀ ਹੈ ਸਟੱਡੀ ਐਕਸਚੇਂਜ ਪ੍ਰੋਗਰਾਮ ਹੈ ਜਿਹੜਾ ਕਿ ਅਸੀਂ ਜਾ ਕੇ ਉੱਥੇ ਆਪਣਾ ਸਟੱਡੀ ਪਰਮਿਟ ਚੇਂਜ ਕਰਵਾਉਂਦੇ ਹਾਂ ਐਕਸਚੇਂਜ ਕਰਵਾਉਂਦੇ ਹਾਂ ਉਹਦੇ ਲਈ ਇੱਥੋਂ ਤਿਆਰੀਆਂ ਕਰਦੇ ਹਾਂ ਔਰ ਹਰ ਜੋ ਜੀ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈ ਜੀਟੀ ਦੇ ਉੱਤੇ ਧਿਆਨ ਦੇਣਾ ਤੇ ਵੀਜ਼ੇ ਦੇ ਉੱਤੇ ਧਿਆਨ ਦੇਣਾ ਸਟੂਡੈਂਟ ਦੀਆਂ ਮੋਸਟਲੀ ਕਾਲ ਆਉਂਦੀਆਂ ਕਿ ਮੈਮ ਪੈਕੇਜ ਪੈਕੇਜ ਸਾਡੀ ਕੰਪਨੀ ਵੱਲੋਂ ਬਿਲਕੁਲ ਡੀਲ ਨਹੀਂ ਕੀਤਾ ਜਾਂਦਾ ਪੈਕੇਜ ਦੇ ਮੈਂ ਖਿਲਾਫ ਆ ਪੈਕੇਜ ਦੇ ਵਿੱਚ ਬੜੇ ਹੀ ਸਟੂਡੈਂਟਸ ਦੇ ਕੈਰੀਅਰ ਜਿਹੜੇ ਆ ਉਹ ਖਰਾਬ ਹੋਏ ਨੇ ਪ੍ਰੋਫਾਈਲ ਖਰਾਬ ਹੋਏ ਨੇ ਸਾਡੀ ਕੰਪਨੀ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਪੈਕੇਜ ਡੀਲ ਨਹੀਂ ਕੀਤਾ ਜਾਂਦਾ ਤੇ ਮੈਂ ਸਟੂਡੈਂਟ ਨੂੰ ਵੀ ਇਹ ਸੁਜੈਸਟ ਕਰੂੰਗੀ ਪੈਕੇਜ ਦੇ ਚੱਕਰ ਦੇ ਵਿੱਚ ਕੁੱਲ ਵਿੱਚ ਨਹੀਂ ਪੈਣਾ ਪੈਕੇਜ ਕਰਕੇ ਇੰਨੀ ਮੈਨੀਪੂਲੇਸ਼ਨ ਹੋਈ ਸੀ ਐਨਆਈ ਕਾਲਜ ਯੂਨੀਵਰਸਿਟੀ ਨੇ ਪੰਜਾਬ ਹਰਿਆਣਾ ਬੋਰਡ ਨੂੰ ਸਸਪੈਂਡ ਕਰਕੇ ਰੱਖਿਆ ਅਸੀਂ ਇਹਨਾਂ ਚੀਜ਼ਾਂ ਦਾ ਭੁਗਤਾਨ ਜਿਹੜਾ ਭੁਗਤ ਚੁੱਕਿਆ ਅੱਗੇ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਇਹਨਾਂ ਦੇ ਉੱਤੇ ਫੋਕਸ ਕਰੀਏ ਤੇ ਨਾ ਹੀ ਇਹਨਾਂ ਚੀਜ਼ਾਂ ਦੇ ਵਿੱਚ ਪੈਣ ਦੀ ਕੋਸ਼ਿਸ਼ ਕਰੀਏ ਜਿਹੜਾ ਸਿਸਟਮ ਆ ਉਹਨੂੰ ਸਿਸਟਮ ਨੂੰ ਫੋਲੋ ਕਰੀਏ ਜੀਟੀ ਕਿਵੇਂ ਕਲੀਅਰ ਹੋਊਗਾ ਫੰਡ ਦੇ ਕੇ ਤੇ ਜੇ ਤੁਸੀਂ ਆਪਣੇ ਫੰਡ ਨਹੀਂ ਦੋਗੇ ਆਪਣੇ ਅ ਕੰਸਲਟੈਂਟ ਨੂੰ ਕਹੋਗੇ ਤੂੰ ਮੇਰਾ ਜੀਟੀ ਕਲੀਅਰ ਕਰਾ ਮੈਂ ਤੈਨੂੰ ਆਫਟਰ ਵੀਜ਼ਾ 15 ਦੇ ਦੂੰ 20 ਲੱਖ ਦੇ ਦੂੰ ਉਹਦੇ ਵਿੱਚ ਮੈਨੀਪੂਲੇਟਡ ਫੰਡ ਜਾਣਗੇ ਕਿਤੇ ਨਾ ਕਿਤੇ ਮੈਨੀਪੂਲੇਸ਼ਨ ਜਿਹੜੀ ਉਹ ਤੁਹਾਡੀ ਸਾਹਮਣੇ ਆਹੀ ਜਾਣੀ ਐ ਇਸ ਕਰਕੇ ਇੱਕ ਚੋਰੀ ਨੂੰ ਝੂਠ ਬੋਲਣ ਨੂੰ ਜਾਂ ਚੋਰੀ ਕਰਨ ਨਾਲੋਂ ਚੰਗਾ ਹੈ ਕਿ ਆਪਣੇ ਕੋਲ ਜੋ ਚੀਜ਼ਾਂ ਹੈਗੀਆਂ ਉਹਨਾਂ ਦੇ ਬੇਸ ਤੇ ਉੱਤੇ ਹੀ ਰਿਸਕ ਲਿਆ ਜਾਵੇ। ਬਾਕੀ ਬੱਚਿਆਂ ਦੀ ਜਿਹੜੀ ਜੀਟੀ ਆ ਉਹ ਡਿਲੇ ਕਿਉਂ ਹੋ ਰਹੀ ਐ ਇਹਦੇ ਪਿੱਛੇ ਵੀ ਬੜੇ ਕਾਰਨ ਨੇ। ਇੱਕ ਤਾਂ ਬੱਚੇ ਪੈਕੇਜ ਵਾਲੇ ਕੰਸਲਟੈਂਟ ਲੱਭਦੇ ਨੇ। ਸਾਡੇ ਵੱਲੋਂ ਪੈਕੇਜ ਬਿਲਕੁਲ ਨਹੀਂ ਡੀਲ ਕੀਤਾ ਜਾਂਦਾ ਤੇ ਨਾ ਹੀ ਬੱਚਿਆਂ ਨੂੰ ਇਸ ਪੈਕੇਜ ਸਿਸਟਮ ਦੇ ਵਿੱਚ ਮੈਂ ਪੈਣ ਦੀ ਕਦੀ ਵੀ ਸੁਜੈਸ਼ਨ ਦਵਾਂਗੀ ਕਿਉਂਕਿ ਇੱਕ ਸਿਸਟਮ ਨੂੰ ਸਮਝੀਏ ਅੰਬੈਸੀ ਦੇ ਵਿੱਚ ਕੋਈ ਪੈਕੇਜ ਹੈਗਾ ਸਭ ਤੋਂ ਪਹਿਲਾਂ ਇਹ ਚੀਜ਼ ਆਪਾਂ ਸਮਝੀਏ ਕੋਈ ਕਾਲਜ ਸਾਡੇ ਨਾਲ ਪੈਕੇਜ ਕਰ ਰਿਹਾ ਆ ਆਪਾਂ ਖੁਦ ਕਿਸੇ ਨੂੰ অথੋਰਾਇਜ਼ ਕਰ ਰਹੇ ਆ ਗਲਤ ਕੰਮ ਕਰਨ ਦੇ ਲਈ ਕਿ ਮੇਰੇ ਫੰਡ ਤੁਹਾਡੇ ਫੰਡ ਤੁਹਾਡਾ 파ਰਟ ਹੈ ਤੁਹਾਡਾ ਅੰਬੈਸੀ ਫੀਸ ਤੁਹਾਡਾ 파ਰਟ ਹੈ ਜੇ ਮੈਂ ਤੁਹਾਡੇ ਉੱਤੇ ਕੋਈ ਪੈਸੇ ਚਾਰ ਲਾਉਂਗੀ ਤੇ ਮੈਂ ਉਹਦੇ ਵਿੱਚ ਇਹ ਕੋਸ਼ਿਸ਼ ਕਰੂੰਗੀ ਕਿ 110% ਵੀਜ਼ਾ ਨਿਕਲੇ ਮੈਂ ਤੁਹਾਡੇ ਪ੍ਰੋਫਾਈਲ ਦੇ ਵਿੱਚ ਚਾਰ ਚੀਜ਼ਾਂ ਜੇ ਮੈਨਿਪੂਲੇਟ ਕਰਕੇ ਪਾਉਂਗੀ ਉਹਦਾ ਭੁਗਤਾਨ ਕੰਸਲਟੈਂਟ ਨੇ ਨਹੀਂ ਪਰਣਾ ਉਹ ਤੁਹਾਨੂੰ ਹੀ ਤੁਹਾਡੇ ਪ੍ਰੋਫਾਈਲ ਨੂੰ ਹੀ ਪਰਣਾ ਪੈਣਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੇ ਸਟੂਡੈਂਟ ਜਿਹੜਾ 2024 ਫੈਬ ਇਨਟੇਕ ਆ ਕਾਫੀ ਬਿਗ ਇਨਟੇਕ ਆ ਯੂਨੀਵਰਸਿਟੀਜ਼ ਓਪਨ ਹੋ ਚੁੱਕੀਆਂ ਨੇ ਐਡਮਿਸ਼ਨ ਲੈ ਸਕਦੇ ਹੋ ਕੋਰਸ ਸਿਲੈਕਸ਼ਨ ਧਿਆਨ ਨਾਲ ਕਰਨੀ ਆ ਫਾਈਲ ਐਮਬੈਸੀ ਦੇ ਵਿੱਚ ਜਿਹੜੋਂ ਵੀ ਪੁੱਟ ਔਨ ਕਰਨੀ ਆ ਤੁਹਾਡੀ ਕਵਰਿੰਗ ਲੈਟਰ ਪ੍ਰੋਪਰ ਹੋਣੀ ਚਾਹੀਦੀ ਆ ਤੁਹਾਡੇ ਡ੍ਰੀਮ ਕੀ ਹੈ ਤੁਹਾਰੀ ਸੀ ਉਸ ਕਾਲਜ ਯੂਨੀਵਰਸਿਟੀ ਚੋ ਕੋਰਸ ਕਿਉਂ ਚੂਸ ਕੀਤਾ ਕੀ ਕਾਰਨ ਸੀ ਕੀ ਰੀਜਨ ਸੀਗੇ ਤੁਸੀਂ ਉਸ ਯੂਨੀਵਰਸਿਟੀ ਤੋਂ ਇਨਸਪਾਇਰ ਹੋਏ ਹੋ ਉਹਦੇ ਵਿੱਚ ਪ੍ਰੋਪਰ ਰਿਕਵਰੀنگ ਕਵਰਿੰਗ ਲੈਟਰ ਦੇ ਵਿੱਚ ਚੀਜ਼ਾਂ ਲਿਖ ਕੇ ਭੇਜੋ ਜੀਟੀ ਦੇ ਵਿੱਚ ਚੀਜ਼ਾਂ ਪ੍ਰੋਪਰ ਲਿਖ ਕੇ ਭੇਜੋ ਜੀਟੀ ਕਲੀਅਰ ਹੋਣ ਤੋਂ ਬਾਅਦ ਕਨਫਰਮੇਸ਼ਨ ਆਫ ਇਨਰੋਲਮੈਂਟ ਆਉਣ ਤੋਂ ਬਾਅਦ ਕਿਸੇ ਨੇ ਵੀ ਬੱਚੇ ਨੇ ਵੇਟ ਨਾ ਕਰੇ ਨਾਲ ਦੀ ਨਾਲ ਆਪਣੀ ਫਾਈਲਸ ਨੂੰ ਪੁਟ ਔਨ ਕਰੇ ਸਭ ਤੋਂ ਵੱਡਾ ਜਿਹੜਾ ਸਾਡਾ ਬੈਕ ਡਰਾਪ ਹੈ ਕਿ ਫਾਈਲ ਮੈਂ ਲਈ ਹੈ ਇਸ ਕੰਸਲਟੈਂਟ ਕੋਲ ਸਲਾਹ ਲੈ ਲਈ ਆ ਮੈਂ 15 ਕੰਸਲਟੈਂਟ ਕੋਲ ਹਰ ਬੰਦੇ ਦਾ ਮੈਨੂੰ ਕਹਿੰਦੀ ਉਹ 15 ਕੰਸਲਟੈਂਟ ਗਲਤ ਹੈ ਹਰ ਬੰਦੇ ਦਾ ਹਰ ਚੀਜ਼ ਨੂੰ ਸਮਝਣ ਦਾ ਪੁਆਇੰਟ ਆਫ View ਅਲੱਗ-ਅਲੱਗ ਹੁੰਦਾ ਹੈ ਉਹਦੇ ਵਿੱਚ ਤੁਹਾਡੇ ਪ੍ਰੋਫਾਈਲ ਤੇ ਤੁਹਾਡੇ ਬ੍ਰੇਨ ਦੇ ਵਿੱਚ ਇੱਕ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਉਹ ਕਿਤੇ ਨਾ ਕਿਤੇ ਸਾਡੇ ਪ੍ਰੋਫਾਈਲ ਨੂੰ ਅੰਬੈਸੀ ਤੱਕ ਜਾਣ ਤੱਕ ਡਿਲੇ ਕਰਦੀ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਅਸੀਂ ਆਪਣੇ ਪ੍ਰੋਫਾਈਲ ਦੇ ਉੱਤੇ ਜਿਹੜੇ ਡਾਊਟਸ ਨੇ ਉਹ ਜਦੋਂ ਤੁਸੀਂ ਅਪਲਾਈ ਕਰਨਾ ਆਫਰ ਲੈਟਰ ਆ ਜਾਂਦੀ ਹੈ ਆਸਟ੍ਰੇਲੀਆ ਦੀ ਉਦੋਂ ਕਲੀਅਰ ਕਰ ਲਓ ਇਹ ਨਹੀਂ ਕਿ ਜਿੱਦ ਦੇ ਕਨਫਰਮੇਸ਼ਨ ਆਫ ਇਨਰੋਲਮੈਂਟ ਆ ਗਈ ਫਾਈਲ ਰੋਕ ਕੇ ਰੱਖੀ ਯਾ ਮੈਂ ਲਾ ਨਹੀਂ ਰਿਹਾ ਰਿਜ਼ਲਟ ਨਹੀਂ ਆ ਰਹੇ ਮੈਨੂੰ ਕੰਸਲਟੈਂਟ ਕਹਿ ਰਿਹਾ ਰੁਕ ਜਾ ਮੈਨੂੰ ਕਾਲਜ ਕਹਿ ਰਿਹਾ ਰੁਕ ਜਾ ਕੋਈ ਕਾਲਜ ਸੀਓਈ ਕਨਫਰਮੇਸ਼ਨ ਆਫ ਇਨਰੋਲਮੈਂਟ ਟੂ ਦੇਣ ਤੋਂ ਬਾਅਦ ਕਦੀ ਨਹੀਂ ਕਹੂਗਾ ਕਿ ਤੁਸੀਂ ਫਾਈਲ ਪੁਟ ਔਨ ਨਾ ਕਰੋ ਕਿਉਂਕਿ ਉਹਦੀ ਸੀਟ ਉੱਥੇ ਰਿਜ਼ਰਵ ਹੋਈ ਹੁੰਦੀ ਆ ਤੇ ਕਾਲਜ ਨੂੰ ਯੂਨੀਵਰਸਿਟੀ ਨੂੰ ਕਾਲੀ ਹੁੰਦੀ ਆ ਜਿੰਨੀ ਜਲਦੀ ਹੋਵੇ ਸਟੂਡੈਂਟ ਆਪਣੀਆਂ ਕਲਾਸਿਸ ਜਿਹੜੀਆਂ ਕੰਟੀਨਿਊ ਕਰੇ ਅੱਗੇ ਤੇ ਇਹ ਚੀਜ਼ਾਂ ਨੂੰ ਸਮਝੋ ਆਸਟ੍ਰੇਲੀਆ ਦੇ ਵਿੱਚ ਹਰ ਕੰਟਰੀ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਆ ਆਪਾਂ ਇੱਥੇ ਪੂਰਾ ਬਿਜ਼ਨਸ ਕ੍ਰੀਏਟ ਕਰ ਦਿੰਦਾ ਹੈ ਕੈਰੀਅਰ ਦੇ ਉੱਤੇ ਬੱਚੇ ਦੇ ਕੈਰੀਅਰ ਦੇ ਉੱਤੇ ਤੇ ਬੱਚਾ ਵੀ ਕਿਤੇ ਨਾ ਕਿਤੇ ਕੰਸਲਟੈਂਟ ਨਾਲ ਇੱਕ ਬਿਜ਼ਨਸ ਡੀਲ ਤੇ ਜਾਂਦਾ ਹੈ ਟਰਾਈ ਕਰੋ ਕੈਰੀਅਰ ਕਾਉਂਸਲਿੰਗ ਲਈ ਜਾ ਰਹੇ ਹਾਂ ਤੇ ਕੈਰੀਅਰ ਦੇ ਉੱਤੇ ਵਰਕਆਊਟ ਕਰੀਏ ਬਿਜ਼ਨਸ ਦੇ ਵਿੱਚ ਇਹ ਚੀਜ਼ਾਂ ਕਨਵਰਟ ਨਾ ਕਰੀਏ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਵਾਕਈ ਸਟੂਡੈਂਟਸ ਨੂੰ ਇਹਨਾਂ ਸਾਰੀ ਗੱਲਾਂ ਤੇ ਅਵੇਅਰ ਜ਼ਰੂਰ ਹੋਣਾ ਚਾਹੀਦਾ ਹੈ ਕਿਤੇ ਪੇਰੈਂਟਸ ਜਾਂ ਸਟੂਡੈਂਟ ਚਾਹੇ ਕਿ ਆਪਣੀ ਸੇਫਟੀ ਸੋਚਦੇ ਨੇ ਕਿ ਸਾਨੂੰ ਪਹਿਲਾਂ ਪੈਸੇ ਨਾ ਦੇਣੇ ਪੈਣ ਇਸ ਚੱਕਰ ਵਿੱਚ ਪੈਕੇਜ ਕਰ ਲੈਂਦੇ ਆ ਪਰ ਬਾਅਦ ਬਹੁਤ ਮਿਊਸੀ ਵੀ ਤੁਹਾਨੂੰ ਚਿਲਨੀ ਪੈਂਦੀ ਹੈ ਸੋ ਇਹ ਨਹੀਂ ਕਿ ਸਾਰੇ ਹੀ ਕੰਸਲਟੈਂਟ ਮਾੜੇ ਐ ਪਰ ਤੁਹਾਨੂੰ ਚੋਣ ਕਰਨੀ ਚਾਹੀਦੀ ਹੈ ਪੂਰੀ ਜਾਂਚ ਪੜਤਾਲ ਕਰਕੇ ਕਿ ਪਹਿਲਾਂ ਕਿੰਨੇ ਕੁ ਵੀਜ਼ੇ ਉਹਨਾਂ ਨੇ ਲਗਾਏ ਕਿਸ ਤਰੀਕੇ ਨਾਲ ਉਹ ਡੀਲ ਕਰ ਰਹੇ ਸਭ ਚੀਜ਼ਾਂ ਜਾਂਚੋ ਪਰਖੋ ਉਸ ਤੋਂ ਬਾਅਦ ਆਪਣਾ ਫਿਊਚਰ ਜਿਹੜਾ ਉਹਨਾਂ ਦੇ ਹੱਥਾਂ ਵਿੱਚ ਦੇਵੋ ਬਾਕੀ ਕੋਈ ਸਵਾਲ ਹੈ ਡਾਊਟ ਹੈ Uh, alphaspin take apply ਕਰਨ ਬਾਰੇ ਸੋਚ ਰਹੇ ਹੋ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਕੀ ਵੈਸਟ ਹੈ ਇਹ ਜਾਨਣਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਇਸ ਉੱਪਰ ਵੀ ਕਾਲ ਕਰ ਸਕਦੇ ਹੋ ਕ੍ਰੀਏਟਿਵ ਫਿਚਰ ਕੰਸਲੈਂਸਰ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰਕੇ ਸਹੀ ਚੀਜ਼ਾਂ ਸਮਝਦੇ ਹੋਏ ਅੱਗੇ ਵਧੋ ਬਾਕੀ ਤੁਸੀਂ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਵੀ ਆਪਣੇ ਸਵਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਗੁਰਪ੍ਰੀਤ ਜੀ ਅੱਜ ਵੀ ਤੁਸੀਂ ਬਹੁਤ ਖਾਸ ਪੁਆਇੰਟਸ ਸਟੂਡੈਂਟਸ ਨੂੰ ਅਵੇਅਰ ਕੀਤਾ ਔਰ ਕਿਵੇਂ ਅੱਗੇ ਵਧਣ ਤੇ ਫੈਬਿੰਟੇਕ ਚ ਚੰਗੀ ਆਪਸ਼ਨ ਦੇ ਨਾਲ ਜੋ ਹੈ ਆਪਣਾ ਸਟੱਡੀ ਵੀਜ਼ਾ ਹਾਸਲ ਕਰਨ ਇਹ ਵੀ ਜਾਣਕਾਰੀ ਤੁਸੀਂ ਉਹ ਤਿਆਗੋ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ ਜੀ